ਹਾਲੇਲੂਯਾ। ਸੋ ਆਓ ਆਪਾਂ ਵਚਨ ਦੇ ਵਿੱਚੋਂ ਦੇਖਦੇ ਹਾਂ, ਮਲਾਕੀ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਉਹਦੀ 13 ਤੇ 14 ਨੰਬਰ ਪੰਕਤੀ ਦੇ ਵਿੱਚ ਦੇਖਦੇ ਹਾਂ। ਲਿਖਿਆ, ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ, ਯਹੋਵਾ ਆਖਦਾ ਹੈ। ਤਦ ਵੀ ਤੁਸੀਂ ਆਖਦੇ ਹੋ ਤੇਰੇ ਵਿਰੁੱਧ ਸਾਥੋਂ ਕੀ ਬੋਲਿਆ ਗਿਆ? ਤੁਸੀਂ ਆਖਿਆ ਪਰਮੇਸ਼ਵਰ ਦੀ ਸੇਵਾ ਵਿਅਰਥ ਹੈ ਅਤੇ ਕੀ ਲਾਭ ਹੈ ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਸੈਨਾ ਦੇ ਯਹੋਵਾ ਦੇ ਸਨਮੁਖ ਸਿਆਪਾ ਕਰਦੇ ਹੋਏ ਚੱਲੀਏ। ਦੇਖੋ, ਪ੍ਰਭੂ ਨੂੰ ਦਿਲ ਦੀਆਂ ਗੱਲਾਂ ਪਤਾ ਕਿ ਨਹੀਂ? ਕਈਆਂ ਨੂੰ ਇਹ ਵਚਨ ਸੁਣ ਕੇ ਲੱਗਿਆ ਹੋਣਾ, ਹਾ ਹਏ, ਇਹ ਤਾਂ ਮੇਰੇ ਲਈ ਲਿਖਿਆ ਆ, ਇਦਾਂ ਤਾਂ ਮੇਰੇ ਮਨ ਦੇ ਵਿੱਚ ਗੱਲਾਂ ਆਉਂਦੀਆਂ ਆ। ਤਾਂ ਪ੍ਰਭੂ ਨੂੰ ਪਤਾ ਆ ਕਿੱਦਾਂ ਦੀਆਂ ਗੱਲਾਂ ਮਨੁੱਖ ਦੇ ਦਿਲ ਦੇ ਵਿੱਚ ਆਉਂਦੀਆਂ ਆ ਤੇ ਕਿੱਦਾਂ ਦੀਆਂ ਆ ਸਕਦੀਆਂ ਆ, ਕਿਉਂਕਿ ਪ੍ਰਭੂ ਜੀ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲੇ ਪਰਮੇਸ਼ਵਰ। ਹਾਲੇਲੂਇਆ। ਅਰ ਇੱਥੇ ਵਚਨ ਦੇ ਵਿੱਚ ਲਿਖਿਆ ਯਹੋਵਾ ਆਖਦਾ ਆ, ਕੀ ਗੱਲਾਂ ਆਖਦਾ? ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ, ਯਹੋਵਾ ਆਖਦਾ ਹੈ। ਜੋ ਗੱਲਾਂ ਅਸੀਂ ਆਪਣੇ ਮੂੰਹ ਤੋਂ ਕਰਦੇ ਹਾਂ, ਉਹ ਗੱਲਾਂ ਜਿਹੜੀਆਂ ਅਸੀਂ ਪਰਮੇਸ਼ਵਰ ਦੇ ਵਿਰੁੱਧ ਬੋਲਦੇ ਹਾਂ, ਉਹ ਗੱਲਾਂ ਜਿਹੜੀਆਂ ਪ੍ਰਭੂ ਦੀ ਇੱਛਾ ਦੇ ਵਿਰੁੱਧ ਆ, ਪ੍ਰਭੂ ਜੀ ਦੇ ਕੰਮਾਂ ਦੇ ਵਿਰੁੱਧ ਆ, ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਬੋਲ ਦਿੱਤੀਆਂ ਤੇ ਪ੍ਰਭੂ ਜੀ ਨੇ ਸੁਣੀਆਂ ਨਹੀਂ। ਇੱਥੇ ਯਹੋਵਾ ਪਰਮੇਸ਼ਵਰ ਖੁਦ ਕਹਿ ਰਹੇ ਆ ਆਪਣੇ ਨਬੀ ਦੇ ਰਾਹੀਂ ਕਿ ਕਹਿੰਦੇ ਤੁਹਾਡੀਆਂ ਗੱਲਾਂ ਕਰੜੀਆਂ ਆ, ਤੁਹਾਡੀਆਂ ਗੱਲਾਂ ਸਖਤ ਦਿਲੀ ਵਾਲੀਆਂ ਆ। ਅਰੇ, ਇਹ ਗੱਲਾਂ ਪਰਮੇਸ਼ਵਰ ਨੂੰ ਪਸੰਦ ਨਹੀਂ ਆ। ਤਦ ਵੀ ਤੁਸੀਂ ਆਖ ਦੋ ਤੇਰੇ ਵਿਰੁੱਧ ਸਾਥੋਂ ਕੀ ਬੋਲਿਆ ਗਿਆ? ਕਹਿੰਦਾ ਤੁਸੀਂ ਅਨੇਕਾਂ ਹੀ ਖਰਾਬ ਅੱਖਰ ਬੋਲਦੇ ਆ, ਗਲਤ ਗੱਲਾਂ ਬੋਲਦੇ ਆ, ਫਿਰ ਵੀ ਤੁਸੀਂ ਕੀ ਕਹਿੰਦੇ ਆ? ਸਾਥੋਂ ਕੀ ਪਰਮੇਸ਼ਵਰ ਦੇ ਵਿਰੁੱਧ ਬੋਲਿਆ ਗਿਆ? ਤੁਸੀਂ ਸੋਚ ਕੇ ਦੇਖੋ, ਦਿਹਾੜੀ ਦੇ ਵਿੱਚ ਤੁਸੀਂ ਕਿੰਨੀ ਵਾਰੀ ਪਰਮੇਸ਼ਵਰ ਦੇ ਵਿਰੁੱਧ ਬੋਲਦੇ ਆ? ਜਦੋਂ ਤੁਸੀਂ ਆਪਣੇ ਬੱਚੇ ਨੂੰ ਕਹਿੰਦੇ ਨਾ ਤੂੰ ਤੇ ਨਿਕੰਮਾ ਆ, ਉਦੋਂ ਵੀ ਤੁਸੀਂ ਪਰਮੇਸ਼ਵਰ ਦੇ ਵਿਰੁੱਧ ਹੀ ਬੋਲਦੇ ਆ, ਤੁਹਾਨੂੰ ਪਤਾ? ਕਿਉਂਕਿ ਵਚਨ ਕੀ ਕਹਿੰਦਾ? ਤੁਹਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ, ਤੁਹਾਡੇ ਬੱਚਿਆਂ ਦੀ ਸ਼ਾਂਤੀ ਵਾਲੀ ਆਊਗੀ। ਮੈਂ ਤੁਹਾਨੂੰ ਸਿਰ ਠਹਿਰਾਇਆ, ਪੂਛ ਨਹੀਂ, ਕਹਿੰਦਾ ਧਰਮੀ ਦੇ ਅੰਸ ਕੌਮਾਂ 'ਚ ਜਾਣੀ ਜਾਊਗੀ। ਅਰ ਤੁਸੀਂ ਆਪਣੇ ਬੱਚੇ ਨੂੰ ਕੀ ਕਹਿੰਦੇ? ਤੂੰ ਤੇ ਨਿਕੰਮਾ ਆ, ਤੂੰ ਬੇਵਕੂਫ ਆ, ਤੈਨੂੰ ਅਕਲ ਹੈ ਨਹੀਂ। ਤਾਂ ਤੁਸੀਂ ਪਰਮੇਸ਼ਵਰ ਦੇ ਵਿਰੁੱਧ ਬੋਲ ਰਹੇ ਆ, ਤੁਸੀਂ ਉਸ ਬੱਚੇ ਦੇ ਵਿਰੁੱਧ ਨਹੀਂ ਬੋਲ ਰਹੇ, ਉਸ ਬੱਚੇ ਦੀ ਸਿਰਜਣਾ ਕਰਨ ਵਾਲੇ ਦੇ ਵਿਰੁੱਧ ਬੋਲ ਰਹੇ ਆ। ਤਾਂ ਫਿਰ ਵੀ ਬਚਨ ਕੀ ਕਹਿੰਦਾ? ਕਹਿੰਦਾ ਮਗਰੋਂ ਤੁਸੀਂ ਕਹਿੰਦੇ ਅਸੀਂ ਪ੍ਰਭੂ ਦੇ ਵਿਰੁੱਧ ਕੀ ਬੋਲਿਆ ਆ? ਫਿਰ ਕਹਿੰਦਾ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਆ? ਜੇ ਤੁਹਾਡੇ ਕੋਲੇ ਕੁਛ ਨਹੀਂ ਹੁੰਦਾ ਤਾਂ ਜਾਂ ਕੁਛ ਹੁੰਦਾ ਆ ਜਦੋਂ ਤੁਹਾਨੂੰ ਦੇਣ ਦੀ ਜ਼ਰੂਰਤ ਪੈਂਦੀ ਆ, ਤੁਹਾਨੂੰ ਦੇਣ ਲਈ ਕਿਹਾ ਜਾਂਦਾ, ਫਿਰ ਤੁਹਾਡੇ ਅੱਖਰ ਕਿਹੋ ਜਿਹੇ ਆ? ਕਹਿੰਦਾ ਤੁਸੀਂ ਆਖਿਆ ਪਰਮੇਸ਼ਵਰ ਦੀ ਸੇਵਾ ਵਿਅਰਥ ਆ। ਕਈ ਵਾਰੀ ਚਰਚ ਦੇ ਵਿੱਚੋਂ ਅਨਾਊਂਸਮੈਂਟ ਕੀਤੀ ਜਾਂਦੀ ਆ ਵੀ ਚਲੋ ਵੀ ਇੰਨੇ ਭਰਾ ਜਾ ਕੇ ਮਿੱਟੀ ਪਾਓ ਫਲਾਨੇ ਥਾਂ ਤੇ, ਇੰਨੇ ਭਰਾ ਉੱਠੋ ਇੱਟਾਂ ਚੱਕ ਲਓ, ਭੈਣਾਂ ਉੱਠੋ ਫਲਾਨਾ ਕੰਮ ਕਰ ਦਿਓ, ਮਟਰ ਕੱਢ ਲਓ, ਚਰਚ ਦੇ ਮੋਦੀ ਖਾਨੇ 'ਚ ਸੇਵਾ ਕਰ ਲਓ, ਹੋਰ ਚੀਜ਼ਾਂ, ਜਾਂ ਚਰਚ ਦੇ ਟੈਂਟ ਧੋਣੇ ਆ, ਚਰਚ ਦੇ ਟੈਂਟ ਸੀਣੇ ਆ, ਚੇਅਰਸ ਕਲੀਨ ਕਰਨੀਆਂ, ਸੋ ਮੈਨੀ ਥਿੰਗਸ ਹੁੰਦੀਆਂ ਚਰਚ ਦੇ ਵਿੱਚ ਜਿਹੜੀਆਂ ਕਰਨ ਵਾਲੀਆਂ ਹੁੰਦੀਆਂ। ਜਦੋਂ ਕਹਿੰਦਾ ਇੱਦਾਂ ਤੁਹਾਨੂੰ ਸੇਵਾ ਦਿੱਤੀ ਜਾਂਦੀ ਆ ਚਰਚ ਦੇ ਲੀਫਲੈਟਸ ਵੰਡਣ ਦੇ ਲਈ, ਹੋਰ ਚੀਜ਼ਾਂ, ਚਰਚ ਦੇ ਬਹੁਤ ਜ਼ਿਆਦਾ ਕੰਮ ਆ, ਤੁਹਾਨੂੰ ਜਦੋਂ ਵੀ ਕੋਈ ਕੰਮ ਪਰਮੇਸ਼ਵਰ ਦੇ ਘਰ ਦੇ ਲਈ ਕਿਹਾ ਜਾਂਦਾ ਤੇ ਤੁਸੀਂ ਕੀ ਕਹਿੰਦੇ?
ਕਰਨਾ ਤਾਂ ਵਿਅਰਥ ਆ। ਤੁਸੀਂ ਜੇ ਮੂੰਹੋਂ ਨਹੀਂ ਕਹਿੰਦੇ, ਤੁਸੀਂ ਆਪਣੇ ਮਨ ਨੂੰ ਕਹਿੰਦੇ ਚੁੱਪ ਕਰਕੇ ਟਿਕੇ ਆ ਰਿਹਾ, ਇੰਨੇ ਜਾਣੇ ਚਲੇ ਹੀ ਗਏ, ਤੈਂ ਕੀ ਕਾਨੂੰ ਹੱਡ ਬਣਾਉਣੇ, ਗਰਮੀ ਥੋੜ੍ਹੀ ਆ, ਪੱਖੇ ਹੇਠਾਂ ਮਾਨ ਨਾਲ ਬੈਠ, ਤੇਰਾ ਤਾਂ ਲੱਕ ਦੁੱਖਦਾ ਆ। ਉਦੋਂ ਹੀ ਸਾਰੀਆਂ ਚੀਜ਼ਾਂ ਚੇਤੇ ਆ ਜਾਣੀਆਂ, ਤੇਤੋਂ ਤਾਂ ਠਾਂ ਨੂੰ ਚੁੱਕਿਆ ਨਹੀਂ ਜਾਂਦਾ, ਤੇਤੋਂ ਤਾਂ ਤੁਰਿਆ ਨਹੀਂ ਜਾਣਾ, ਘਰੇ ਜਾ ਕੇ ਵੀ ਕੰਮ ਕਰਨਾ, ਸਵੇਰੇ ਕੰਮ ਕਰਦਾ ਆਇਆ ਤੂੰ, 20 ਗੱਲਾਂ ਮਨ 'ਚ ਆ ਜਾਣੀਆਂ ਆ। ਉਹ ਜਿਹੜੀਆਂ ਮਨ ਵਿੱਚ ਆਈਆਂ ਆ ਨਾ, ਉਹਨੇ ਸੁਣ ਲਈਆਂ ਆ, ਕਿਉਂਕਿ ਉਹ ਅੰਤਰਯਾਮੀ ਆ, ਤੁਹਾਨੂੰ ਅੰਦਰੋਂ ਵੀ ਜਾਣਦਾ ਆ। ਹਾਲੇਲੂਇਆ। ਤੇ ਕਹਿੰਦਾ ਫਿਰ ਤੁਸੀਂ ਕਹਿੰਦੇ ਅਸੀਂ ਪ੍ਰਭੂ ਦੇ ਵਿਰੁੱਧ ਕੀ ਬੋਲਿਆ ਆ, ਤੁਸੀਂ ਉਹਦਾ ਕੰਮ ਕਰਨ ਤੋਂ 20 ਬਹਾਨੇ ਲਾ ਦਿੱਤੇ, ਤੇ ਫਿਰ ਕਹਿੰਦੇ ਮੈਂ ਕੀ ਕਿਹਾ। ਫਿਰ ਉਸ ਤੋਂ ਅੱਗੇ ਕੀ ਕਹਿੰਦਾ, ਕਹਿੰਦਾ ਪਰਮੇਸ਼ਵਰ ਦੀ ਸੇਵਾ ਵਿਅਰਥ ਹੈ ਤੇ ਕੀ ਲਾਭ ਹੈ, ਵੀ ਇਹਦਾ ਸਾਨੂੰ ਕੀ ਫਾਇਦਾ ਹੋਣਾ ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ। ਤੁਸੀਂ ਸੋਚਦੇ ਇੱਟਾਂ ਚੁੱਕਣ ਦਾ ਸਾਨੂੰ ਕੀ ਫਾਇਦਾ ਹੋਣਾ, ਸਰੀਆ ਇੱਥੋਂ ਉੱਥੇ ਕਰਨ ਦਾ ਸਾਨੂੰ ਕੀ ਫਾਇਦਾ, ਵੇਲੇ ਨਾਲ ਆਣ ਕੇ ਦਰੀਆਂ ਵਿਛਾਉਣ ਦਾ ਸਾਨੂੰ ਕੀ ਫਾਇਦਾ ਹੋਣਾ, ਚਾਹ ਵਰਤਾਉਣ ਦਾ ਸਾਨੂੰ ਕੀ ਫਾਇਦਾ ਹੋਣਾ, ਲੈਣ 'ਚ ਲੱਗ ਕੇ ਚਾਹ ਪੀਣ ਦਾ ਸਾਨੂੰ ਕੀ ਫਾਇਦਾ, ਹੋਰ ਕੋਈ ਕੰਮ ਸੇਵਾ ਦੇ ਦਿੱਤੀ ਗਈ ਸਾਨੂੰ ਕੀ ਫਾਇਦਾ ਭਲਾ, ਇਹਦਾ ਤਾਂ ਖਰਿਆ ਪਾਦਰੀ ਸਾਹਿਬ ਜੀ ਨੂੰ ਫਾਇਦਾ ਹੋਣਾ। ਮਨ ਇੱਦਾਂ ਵਿਚਾਰਾਂ ਲੈਣ ਲੱਗ ਜਾਂਦਾ, ਰੇ ਵਿਚਾਰਾਂ ਪਰਮੇਸ਼ਵਰ ਦੇ ਵੱਲੋਂ ਨਹੀਂ ਆ, ਕਿਉਂਕਿ ਤੁਹਾਨੂੰ ਤਾਂ ਪਰਮੇਸ਼ਵਰ ਦੇ ਵੱਲੋਂ ਕੰਮ ਸੌਂਪਿਆ ਗਿਆ, ਔਰ ਉਹ ਕੰਮ ਕਰਨ ਤੋਂ ਰੋਕਣ ਵਾਲੀਆਂ ਵਿਚਾਰਾਂ ਪਰਮੇਸ਼ਵਰ ਦੇ ਵੱਲੋਂ ਨਹੀਂ ਹੋ ਸਕਦੀਆਂ। ਅਗਰ ਤੁਹਾਨੂੰ ਪਰਮੇਸ਼ਵਰ ਦੇ ਘਰ ਵਿੱਚ ਕੋਈ ਕੰਮ ਕਰਨ ਲਈ ਦਿੱਤਾ ਗਿਆ ਹੈ, ਔਰ ਤੁਹਾਡਾ ਦਿਲ ਕਹਿੰਦਾ ਨਾ ਕੰਮ ਕਰ, ਤਾਂ ਜਿਹੜਾ ਜਿਹੜੀ ਗੱਲ ਆਈ ਨਾ ਕੰਮ ਕਰ, ਉਹ ਪਰਮੇਸ਼ਵਰ ਦੇ ਵੱਲੋਂ ਨਹੀਂ ਆ, ਉਹ ਵੈਰੀ ਦੇ ਵੱਲੋਂ ਆ, ਕਿਉਂਕਿ ਉਹ ਜਾਣਦਾ ਜੇਕਰ ਇਹਨੇ ਪਰਮੇਸ਼ਵਰ ਦੇ ਘਰ ਵਿੱਚ ਕੰਮ ਕੀਤਾ ਇਹਨੇ ਠੀਕ ਹੋ ਜਾਣਾ ਆ। ਕਿੰਨੀਆਂ ਹੀ ਟੈਸਟੀਮਨੀਜ਼ ਆ ਜਿਹੜੇ ਲੋਕੀ ਆਣ ਕੇ ਦੱਸਦੇ, ਕਹਿੰਦੇ ਜਦੋਂ ਹਨਾ ਅਸੀਂ ਇੱਥੇ ਕੁਰਸੀਆਂ ਚੱਕਦੇ ਹਾਂ, ਸਾਡਾ ਪਹਿਲਾਂ ਸਰੀਰ ਠੀਕ ਨਹੀਂ ਸੀ, ਜਦੋਂ ਦੀ ਅਸੀਂ ਕੁਰਸੀਆਂ ਦੀ ਸੇਵਾ ਕੀਤੀ ਅਸੀਂ ਕਾਇਮ ਹੋ ਗਏ ਹਾਂ, ਅਸੀਂ ਠੀਕ ਹੋ ਗਏ ਹਾਂ, ਅਸੀਂ ਫਲਾਨਾ ਕੰਮ ਕੀਤਾ, ਅਸੀਂ ਇੱਟਾਂ ਚੁੱਕਣ ਗਏ, ਲੱਕ ਦੁੱਖਦਾ ਸੀ, ਮੈਂ ਕਿਹਾ ਪ੍ਰਭੂ ਮੈਂ ਤੇਰਾ ਕੰਮ ਕਰਨਾ ਆ, ਜੇ ਕਰਾਉਣਾ ਤਾਂ ਮੈਨੂੰ ਠੀਕ ਕਰ ਦੀ, ਮੈਂ ਰਾਹ 'ਚ ਜਾਂਦਾ ਜਾਂਦਾ ਹੀ ਠੀਕ ਹੋ ਗਿਆ। ਸੋ ਮੈਨੀ ਟੈਸਟੀਮਨੀਜ਼, ਬਹੁਤ ਜ਼ਿਆਦਾ ਗਵਾਹੀਆਂ ਆ ਇੱਦਾਂ ਦੀਆਂ ਕਿ ਪ੍ਰਭੂ ਦੇ ਘਰ ਵਿੱਚ ਉਹਨਾਂ ਨੇ ਸੇਵਾ ਕੀਤੀ, ਕੰਮ ਕੀਤਾ, ਔਰ ਪ੍ਰਭੂ ਨੇ ਉਹਨਾਂ ਨੂੰ ਸ਼ਿਫਾ ਬਖਸ਼ੀ। ਜਦੋਂ ਅਸੀਂ ਪ੍ਰਭੂ ਦੀ ਹੈਕਲ ਵਿੱਚ ਕੋਈ ਵੀ ਕੰਮ ਕਰਦੇ ਹਾਂ ਸਾਨੂੰ ਉਹਦਾ ਆਸਰ ਮਿਲਦਾ ਹੈ, ਔਰ ਪ੍ਰਭੂ ਦੀ ਇੱਛਾ ਆ, ਔਰ ਤੁਹਾਨੂੰ ਪਤਾ ਤੁਸੀਂ ਪਰਤਾਏ ਜਾਂਦੇ ਆ। ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਉਂਦੇ ਆ, ਤੁਸੀਂ ਇਸ ਚੀਜ਼ ਨੂੰ ਬਹੁਤ ਸਧਾਰਨ ਨਾ ਸਮਝੋ, ਤੁਸੀਂ ਇਹ ਨਾ ਸੋਚੋ ਕਿ ਇੱਥੇ ਸਾਨੂੰ ਕੋਈ ਦੇਖਦਾ ਨਹੀਂ, ਜਾਂ ਇੱਥੇ ਜਿਹੜੇ ਦੇਖਦੇ ਸਧਾਰਨ ਇਨਸਾਨ ਆ। ਸਧਾਰਨ ਇਨਸਾਨ ਤੁਹਾਨੂੰ ਦੇਖਣ ਜਾਂ ਨਾ ਦੇਖਣ, ਪਰ ਤੁਸੀਂ ਸਿਰਫ ਚਰਚ ਦੇ ਵਿੱਚ ਨਹੀਂ ਆ, ਤੁਸੀਂ ਇੱਕ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਆ ਜਿੱਥੇ ਤੁਹਾਡਾ ਐਗਜ਼ਾਮ ਹੋ ਰਿਹਾ ਆ, ਤੁਸੀਂ ਇੱਕ ਪ੍ਰੀਖਿਆ ਭਵਨ ਦੇ ਵਿੱਚ ਆ ਜਿੱਥੇ ਤੁਹਾਡੀ ਪ੍ਰੀਖਿਆ ਹੋ ਰਹੀ ਆ, ਤੁਸੀਂ ਪਰਖੇ ਜਾ ਰਹੇ ਆ, ਔਰ ਪ੍ਰਭੂ ਦੀ ਅੱਖ ਤੁਹਾਡੇ ਉੱਤੇ ਲੱਗੀ ਹੋਈ ਆ। ਜਦੋਂ ਲਾਗੇ ਤੁਹਾਡੇ ਕੂੜਾ ਪਿਆ, ਤੁਸੀਂ ਉਹਦੇ ਲਾਗੋਂ ਦੀ ਲੰਘ ਗਏ, ਤੁਹਾਡੇ ਨੰਬਰ ਕੱਟੇ ਜਾਣੇ ਆ। ਅਸੀਂ ਥੋੜੀ ਤੁਹਾਨੂੰ ਨੰਬਰ ਦਿੰਦੇ ਆ, ਤੁਹਾਡੇ ਨੰਬਰ ਕੱਟੇ ਜਾਣੇ ਕਿ ਆਇਆ, ਕਹਿੰਦਾ ਮੈਂ ਰੱਬ ਦੇ ਘਰ ਆਇਆ, ਮੈਂ ਪਰਮੇਸ਼ਵਰ ਦੇ ਘਰ ਆਇਆ, ਬਸ ਇੰਨਾ ਕਿ ਪ੍ਰੇਮ ਮੈਨੂੰ ਮੇਰੇ ਘਰ ਨਾਲ, ਮੁੱਢ ਕੂੜਾ ਪਿਆ, ਹੱਥ ਵੀ ਠੀਕ ਆ, ਪੈਰ ਵੀ ਤੁਰਦੇ ਫਿਰਦੇ, ਅੱਖਾਂ ਤੋਂ ਵੀ ਦੀਂਦਾ, ਫਿਰ ਇਹਨੇ ਚੱਕਿਆ ਕਾਹਤੋਂ ਨਹੀਂ, ਨੰਬਰ ਕੱਟ ਹੋ ਜਾਣੇ ਆ। ਤੁਸੀਂ ਪਾਰਕਿੰਗ ਦੇ ਵਿੱਚ ਤੁਰੇ ਫਿਰਦੇ ਆ, ਉੱਥੇ ਹੈਕਲ ਦੇ ਭਾਂਡੇ ਆ,
ਤੁਸੀਂ ਆਪਣੀ ਬਾਈਕ ਬੈਕ ਕੀਤੀ, ਕੱਢ ਕੇ ਲੈ ਗਏ, ਗੱਡੀ ਬੈਕ ਕੀਤੀ ਕੱਢ ਕੇ ਲੈ ਗਏ, ਤੁਸੀਂ ਭਾਂਡਾ ਨਹੀਂ ਚੱਕ ਕੇ ਰੱਖਿਆ, ਤੁਹਾਡੇ ਨੰਬਰ ਕੱਢ ਜਾਣੇ ਆ। ਦੇਖ ਤਾਂ ਗਏ ਸੀ ਨਾ ਭਾਂਡੇ, ਔਰ ਤੁਹਾਨੂੰ ਪਤਾ ਸੀ ਕਿ ਚਰਚ ਦੇ ਕੰਪਾਊਂਡ ਦੇ ਅੰਦਰ ਪਏ ਆ, ਚਰਚ ਕੈਂਪਸ ਦੇ ਅੰਦਰ ਆ, ਤਾਂ ਇਹ ਚਰਚ ਦੀ ਪ੍ਰਾਪਰਟੀ ਆ, ਤੁਸੀਂ ਉੱਥੋਂ ਚੱਕੇ ਨਹੀਂ। ਫਿਰ ਤੁਸੀਂ ਕਹਿਣਾ ਸਾਥੋਂ ਖਰਿਆ ਕਿਹੜੀ ਗਲਤੀ ਹੋਈ ਆ, ਤਾਂ ਇਹ ਗਲਤੀ ਨਹੀਂ ਤਾਂ ਕੀ ਆ? ਤੁਹਾਡਾ ਤੁਹਾਡੇ ਘਰ ਦੀ ਥਾਲੀ, ਤੁਹਾਡੇ ਘਰ ਦੀ ਕੌਲੀ ਗੇਟ ਦੇ ਬਾਹਰ ਹੋਵੇ ਤੇ ਤੁਹਾਨੂੰ ਸਿਆਣ ਹੋਵੇ ਆਪਣੇ ਭਾਂਡੇ ਦੀ, ਤੁਸੀਂ ਚੱਕੋਗੇ ਕਿ ਨਹੀਂ ਚੱਕੋਗੇ? ਚੱਕ ਕੇ ਘਰ ਨੂੰ ਲਿਆਓਗੇ ਨਾ? ਤੁਹਾਨੂੰ ਆਪਣੇ ਘਰ ਨਾਲ ਇੰਨਾ ਪ੍ਰੇਮ, ਤੁਸੀਂ ਪਰਮੇਸ਼ਵਰ ਤੋਂ ਇੰਨਾ ਕੁਛ ਮੰਗਦੇ ਆ, ਤੁਹਾਨੂੰ ਪਰਮੇਸ਼ਵਰ ਦੇ ਨਾਲ ਕਿੰਨਾ ਕੁ ਪ੍ਰੇਮ ਹੈ? ਅੱਜ ਬਹੁਤ ਸਾਰਿਆਂ ਦੇ ਨੰਬਰ ਕੱਟੇ ਜਾ ਰਹੇ ਆ, ਬਹੁਤ ਸਾਰੇ ਲੋਕ ਪ੍ਰੀਖਿਆ ਵਿੱਚ ਫੇਲ ਹੋ ਰਹੇ ਆ। ਅਸੀਂ ਟੈਂਟ ਦੇ ਹੇਠ ਬੈਠਦੇ ਆ, ਜਦੋਂ ਹੱਥ ਚੱਕ ਕੇ ਇਦਾਂ ਤਾਂ ਨੂੰ ਅੱਖਾਂ ਚੱਕਦੇ, ਟੈਂਟ ਵਿੱਚ ਛੇਕ ਹੋਇਆ ਦਿਖਦਾ ਕਿਸੇ ਨੂੰ ਕਿ ਨਹੀਂ ਦਿਖਦਾ? ਸੂਈ ਦੇ ਨਾਲ ਝੱਗਾ ਲੇੜਨਾ ਆਉਂਦਾ ਆ, ਕਮੀਜ਼ ਦੀ ਤਰਪਾਈ ਕਰਨੀ ਆਉਂਦੀ ਆ, ਚਲਾਉਣੀ ਆਉਂਦੀ ਆ। ਕਦੀ ਕਿਸੇ ਨੇ ਆਣ ਕੇ ਪੁੱਛਿਆ, ਪਾਸਟਰ ਜੀ ਸਾਨੂੰ ਦੱਸੋ ਅਸੀਂ ਕਿੱਦਣ ਆਈਏ ਚਰਚ ਦਾ ਟੈਂਟ ਸੀਣ ਵਾਸਤੇ? ਜਦੋਂ ਤੁਸੀਂ ਉਹਨੂੰ ਦੇਖ ਕੇ ਨਿਕਲ ਜਾਂਦੇ ਆ, ਤੁਹਾਡੇ ਨੰਬਰ ਕੱਟੇ ਜਾਂਦੇ ਆ। ਚਰਚ ਦੀ ਕਿਸੇ ਚੀਜ਼ ਦੇ ਉੱਤੇ ਡਸਟ ਪੈ ਰਹੀ ਆ, ਤੁਸੀਂ ਬਿਨਾਂ ਸਾਫ਼ ਕੀਤਿਆਂ, ਬਿਨਾਂ ਕਵਰ ਕੀਤਿਆਂ ਉੱਦਾਂ ਹੀ ਉਹਨੂੰ ਛੱਡ ਕੇ ਚਲੇ ਗਏ, ਤੁਹਾਡੇ ਨੰਬਰ ਕੱਟੇ ਗਏ। ਸੋਚ ਕੇ ਦੇਖੋ ਤੁਹਾਡੇ ਕਿੱਥੇ ਕਿੱਥੇ ਨੰਬਰ ਕੱਟੇ ਜਾ ਰਹੇ ਆ। ਬਹੁਤ ਜ਼ਰੂਰੀ ਆ ਕਿ ਸਾਡਾ ਰਿਜ਼ਲਟ ਜਿਹੜਾ ਆ ਨਾ ਉਹ ਬਹੁਤ ਸੋਹਣਾ ਹੋਵੇ। ਪਾਸ ਮਾਰਕਸ ਇਨਫ ਨਹੀਂ ਹੁੰਦੇ, ਸਿਰਫ ਪੂਰੇ ਪੂਰੇ ਨੰਬਰਾਂ ਦੇ ਨਾਲ ਪਾਸ ਹੋਣ ਵਾਲੇ ਨੂੰ ਤਾਂ ਘਰ ਦੇ ਵੀ ਜਿਹੜੇ ਸ਼ਾਬਾਸ਼ੇ ਨਹੀਂ ਦਿੰਦੇ, ਬਾਹਰ ਤਾਂ ਕਿਸੇ ਨੇ ਕੀ ਐਡਮਿਸ਼ਨ ਦੇਣੀ ਹੈ। ਅੱਜ ਕੱਲ੍ਹ ਤਾਂ ਸਕੂਲਸ ਦੇ ਵਿੱਚ ਵੀ ਲਾਅ ਬਣ ਗਿਆ ਵੀ 65% ਤੋਂ ਵੱਧ ਨੰਬਰ ਲੈ ਕੇ ਬੱਚਾ ਆਵੇ ਤਦ ਅਸੀਂ ਇਹਨੂੰ ਜਿਹੜਾ ਆ, ਅਗਰ ਕਿਸੇ ਹੋਰ ਸਕੂਲ 'ਚ ਆਉਂਦਾ ਤਦ ਅਸੀਂ ਆਪਣੇ ਸਕੂਲ 'ਚ ਦਾਖਲਾ ਦੇਣਾ। ਪਹਿਲਾਂ 65% ਨੰਬਰ ਹੋਣ, ਫਿਰ ਇੱਕ ਹੋਰ ਟੈਸਟ ਸਾਡੇ ਸਕੂਲ ਦਾ ਕਲੀਅਰ ਕਰੂਗਾ ਤਾਂ ਫਿਰ ਇਹਨੂੰ ਦਾਖਲਾ ਮਿਲਣਾ, ਨਹੀਂ ਤਾਂ ਇਹਨੂੰ ਦਾਖਲਾ ਨਹੀਂ ਮਿਲਣਾ। ਤਾਂ ਤੁਸੀਂ ਸੋਚੋ ਆਪਾਂ ਸਵਰਗ 'ਚ ਦਾਖਲ ਹੋ ਜਾਵਾਂਗੇ? ਉਹ ਚੀਜ਼ਾਂ ਜਿਹੜੀਆਂ ਸਾਨੂੰ ਇੱਥੇ ਨਜ਼ਰ ਆਉਂਦੀਆਂ, ਇਹਨਾਂ ਦੀ ਸਾਂਭ ਸੰਭਾਲ ਨਹੀਂ ਕਰਦੇ, ਇਹ ਦਰੀਆਂ ਨੂੰ ਅਸੀਂ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ। ਇੱਥੇ ਤੁਹਾਡੇ ਨਿਆਣੇ ਚਿਪਸ ਖਾਂਦੇ ਤੇ ਦਰੀਆਂ ਦੇ ਹੇਠਾਂ ਲਫਾਫੇ ਵਾੜ ਦਿੰਦੇ, ਤੁਸੀਂ ਉਹਨਾਂ ਨੂੰ ਕਦੀ ਨਹੀਂ ਝੜਕਿਆ ਕਿ ਲਿਆ ਮੇਰਾ ਪੁੱਤ ਮੈਨੂੰ ਫੜਾ, ਮੈਂ ਪਰਸ 'ਚ ਪਾ ਲੈਣੀ, ਆਪਾਂ ਉੱਥੇ ਡਸਟਬਿਨ 'ਚ ਪਾ ਕੇ ਜਾਵਾਂਗੇ। ਫਿਰ ਤੁਸੀਂ ਪ੍ਰਭੂ ਤੋਂ ਕਿੱਦਾਂ ਐਕਸਪੈਕਟ ਕਰਦੇ ਆ ਵੱਡੀਆਂ ਵੱਡੀਆਂ ਬਰਕਤਾਂ? ਜੇ ਅਸੀਂ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ ਤਾਂ ਵੱਡੀਆਂ ਵੱਡੀਆਂ ਬਰਕਤਾਂ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਕਈਆਂ ਨੂੰ ਇਹ ਗੱਲਾਂ ਅਜੀਬ ਲੱਗ ਰਹੀਆਂ ਹੋਣਗੀਆਂ, ਪਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਕਈ ਵਾਰੀ ਨਾ ਟੈਸਟ ਆਉਂਦਾ ਓਬਜੈਕਟਿਵ ਟਾਈਪ, ਉਹਨੂੰ ਕਹਿੰਦੇ ਆ। ਬਹੁਤ ਛੋਟੇ ਛੋਟੇ ਸਵਾਲ ਹੁੰਦੇ ਆ, 100-200 ਸਵਾਲ ਹੁੰਦਾ, ਪਰ ਬਸ ਤੁਸੀਂ ਸਹੀ ਤੇ ਗਲਤ ਦਾ ਹੀ ਨਿਸ਼ਾਨ ਲਾਉਣਾ ਹੁੰਦਾ। ਕਈ ਵਾਰੀ ਉਹ ਸਿਰਫ ਇੱਕ ਇੱਕ ਨੰਬਰ ਦਾ ਜਾਂ ਅੱਧੇ ਅੱਧੇ ਨੰਬਰ ਦਾ ਹੀ ਹੁੰਦਾ, ਡਿਪੈਂਡ ਕਰਦਾ ਵੀ ਕਿੰਨੇ ਅੱਧੇ ਅੱਧੇ ਜੋੜ ਕੇ ਤੁਸੀਂ ਪੂਰੇ ਬਣਾਉਣੇ ਆ। ਹਾਲੇਲੂਇਆ। ਤੇ ਜੇ ਅੱਧਾ ਅੱਧਾ ਨੰਬਰ ਕੱਟ ਕਰਦੇ ਆ, ਅੱਧੇ ਉਹ ਜ਼ਿਆਦਾ ਸਵਾਲ ਗਲਤ ਹੋ ਗਏ, ਕੀ ਬੰਦਾ ਪਾਸ ਹੋ ਜੂ? ਤਾਂ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਸਮਝਦੇ ਹਾਂ, ਇਹਨਾਂ ਨੂੰ ਅਸੀਂ ਮਾਈਨਰ ਜਿਹੀਆਂ ਮਿਸਟੇਕਸ ਸਮਝਦੇ, ਅਸੀਂ ਇਹਨਾਂ ਨੂੰ
ਪਾਪ ਵਿੱਚ ਨਹੀਂ ਗਿਣਦੇ, ਬੇਸ਼ੱਕ ਇਹ ਪਾਪ ਵਿੱਚ ਨਹੀਂ ਆਉਂਦੀਆਂ, ਪਰ ਗਲਤੀ ਵਿੱਚ ਜ਼ਰੂਰ ਆਉਂਦੀਆਂ ਹੈ। ਹਾਲੇਲੂਇਆ। ਸੋ ਇਸ ਲਈ ਬਹੁਤ ਜ਼ਰੂਰੀ ਆ ਅਸੀਂ ਇਹਨਾਂ ਚੀਜ਼ਾਂ ਵੱਲ ਨੂੰ ਧਿਆਨ ਦੇਈਏ। ਔਰ ਵਚਨ ਕੀ ਕਹਿੰਦਾ? ਕਹਿੰਦਾ ਤੁਸੀਂ ਕਹਿੰਦੇ ਸਾਨੂੰ ਇਹ ਕੰਮ ਕਰਨ ਦਾ ਕੀ ਲਾਭ ਮਿਲਣਾ ਆ, ਸਾਨੂੰ ਕੀ ਫਾਇਦਾ ਹੋਣਾ ਇਹਨਾਂ ਕੰਮਾਂ ਦਾ? ਤੁਹਾਨੂੰ ਇਹਨਾਂ ਕੰਮਾਂ ਦਾ ਬਹੁਤ ਫਾਇਦਾ ਹੋਣਾ ਆ, ਕਰਕੇ ਦੇਖਿਓ, ਜਦੋਂ ਤੁਸੀਂ ਕਰਨ ਲੱਗ ਗਏ ਤੁਹਾਨੂੰ ਫਾਇਦਾ ਆਪਣੇ ਆਪ ਨਜ਼ਰ ਆਉਣ ਲੱਗ ਜਾਣਾ ਆ। ਹਾਲੇਲੂਇਆ।